ਸਤਿਕਾਲ ਜੀ ਸਾਰਿਆਂ ਨੂੰ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਾਂ ਤੁਸੀਂ ਪੋਸਟਰ ਵੀ ਦੇਖ ਹੀ ਲਿਆ ਗਾਣੇ ਦਾ, ਤਾਂ ਪੰਮੀ ਬਾਈ ਦਾ ਗਾਣਾ ਹਾਲੀ ਦੇ ਵਿੱਚ ਆ ਜਾਣਾ, ਤਾਂ ਸੁਣ ਕੇ ਤੁਸੀਂ ਪਿਆਰ ਵੀ ਦੇਣਾ, ਤਾਂ ਪੋਸਟਰ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਉੱਤੇ ਉੱਤੇ ਤੁਸੀਂ ਦੇਖ ਰਹੇ ਹੋ। ਤਾਂ ਸਾਡੇ ਨਾਲ ਸਤਨਾਮ ਪੰਜਾਬੀ ਜੀ ਨੇ। ਸਤਨਾਮ ਜੀ, ਗਾਣੇ ਬਾਰੇ ਦੱਸੋ, ਜੋ ਸਤਨਾਮ ਜੀ ਨੇ ਪੰਮੀ ਬਾਈ ਜੀ ਨੇ ਕੀਤਾ, ਤਾਂ ਕਿਵੇਂ ਗਾਣੇ ਨੂੰ ਤਿਆਰ ਕੀਤਾ, ਕਿੰਨਾ ਸਮਾਂ ਲੱਗਿਆ, ਤਾਂ ਇਸ ਗਾਣੇ ਵਿੱਚ ਕੀ ਵੱਖਰਾ ਹੋਏਗਾ? ਪੰਜਾਬੀ ਫਿਲਮ ਇੰਡਸਟਰੀ ਕਾਫੀ ਸਮੇਂ ਤੋਂ ਗਾਣੇ ਦਿੰਦੇ ਆ ਰਹੇ ਨੇ, ਪਰ ਜੋ ਪੰਮੀ ਬਾਈ ਦੇ ਗਾਣੇ ਪਹਿਲਾਂ ਵੀ ਸੁਣੇ, ਤਾਂ ਇਸ ਵਾਰ ਕੀ ਵੱਖਰਾ ਹੋਏਗਾ, ਤਾਂ ਕਿਵੇਂ ਲੋਕ ਐਂਟਰਟੇਨ ਹੋਣਗੇ? ਵੱਖਰਾ ਤਾਂ ਇਹੀ ਹੈ ਜੀ ਕਿ ਇਹ ਸਾਡੇ ਲੀਜੈਂਡ ਆਰਟਿਸਟ ਨੇ ਪੰਜਾਬ ਦੇ, ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੇ ਸੱਭਿਆਚਾਰ ਕਦਰਾਂ ਕੀਮਤਾਂ ਨੂੰ ਮੱਦੇਨਜ਼ਰ ਰੱਖ ਕੇ ਗੀਤ ਗਾਏ ਨੇ। ਇਹ ਜੋ ਗੀਤ ਅੱਜ ਦਾ ਗੀਤ ਹੈ ਜਿਹਦਾ ਨਾਮ ਹੈ ਸਦਕੇ ਮੈਂ ਤੇਰੇ, ਇਹ 20 ਸਾਲ ਪਹਿਲਾਂ ਇਸੇ ਟੀਮ ਨੇ, ਇਹਦੇ ਵਿੱਚ ਜੋ ਮਾਡਲ ਸੀ ਕਿੰਮੀ ਵਰਮਾ ਜੀ, ਉਦੋਂ ਵੀ ਉਹੀ ਮਾਡਲ ਸੀ, ਹੁਣ ਵੀ ਉਹੀ ਮਾਡਲ। ਹਰਸ਼ਦੀਪ ਕੌਰ ਜੀ ਦਾ ਪਹਿਲਾ ਗੀਤ, ਹਰਸ਼ਦੀਪ ਕੌਰ ਜੋ ਬਾਲੀਵੁੱਡ ਦੇ ਵਿੱਚ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ, ਉਹਨਾਂ ਦਾ ਵੀ ਪਹਿਲਾ ਗਾਣਾ ਜਿਹੜਾ ਕਮਰਸ਼ੀਅਲ ਜਿਹੜਾ ਕੀਤਾ ਉਹ ਪੰਮੀ ਬਾਈ ਜੀ ਨਾਲ ਉਹਨਾਂ ਨੇ ਕੀਤਾ, ਤੇ ਅੱਜ 20 ਸਾਲ ਬਾਅਦ ਫਿਰ ਉਹਨਾਂ ਨੇ ਗਾਇਆ। ਤੇ ਬਾਈ ਜੀ ਔਰ ਜਿਹਨਾਂ ਨੇ ਲਿਖਿਆ ਇਹ ਗਾਣਾ, ਸਾਹਿਬ ਸਾਬੀ ਜੀ, ਉਹ ਵੀ ਪੰਜਾਬ ਦੀ ਸਰਮੌਰ ਕਲਮ ਨੇ, ਉਹਨਾਂ ਦਾ 20 ਸਾਲ ਪਹਿਲਾਂ ਵੀ ਉਹਨਾਂ ਨੇ ਲਿਖਿਆ ਸੀ, ਤੇ ਹੁਣ ਦੁਬਾਰਾ ਉਹਦਾ ਅਗਲਾ ਵਰਜਨ, ਜਿਹਨੂੰ ਕਹਿ ਲਓ ਜਿਸ ਤਰ੍ਹਾਂ ਪਾਰਟ 1 ਪਾਰਟ 2 ਹੁੰਦਾ, ਉਸੇ ਤਰ੍ਹਾਂ ਹੀ ਇਹ ਅਗਲਾ ਵਰਜਨ ਜਿਹੜਾ ਉਹਦਾ ਆਇਆ ਗਾਣੇ ਦਾ। ਪਹਿਲਾਂ ਇਹਦਾ ਨਾਮ ਰੱਖਿਆ ਸੀ ਆਰੀ ਵੇ ਆਰੀ, ਹੁਣ ਰੱਖਿਆ ਗਿਆ ਸਦਕੇ ਮੈਂ ਤੇਰੇ। ਔਰ ਇਹਦੇ ਵਿੱਚ ਜੋ ਪਹਿਲਾਂ ਵੀ ਜਿਹੜਾ ਉਹ ਟਰਾਂਸਪੋਰਟੀਆਂ ਦੇ ਨਾਮ 'ਤੇ ਜਿੰਨੇ ਵੀ, ਕਿਉਂਕਿ ਪੰਜਾਬੀ ਜਿਹੜੇ ਨੇ ਉਹ ਟਰੱਕਾਂ ਦੇ ਨਾਲ ਮਸ਼ਹੂਰ ਨੇ, ਸੋ ਉਹ ਉਦੋਂ ਜਿਹੜਾ ਪੰਜਾਬ ਦੇ ਟਰੱਕਾਂ ਦੀ ਗੱਲ ਸੀ, ਹੁਣ ਜਿਹੜੇ ਪੂਰੀ ਦੁਨੀਆ 'ਚ ਟਰੱਕ ਪੰਜਾਬੀਆਂ ਦੇ ਚੱਲਦੇ ਨੇ, ਉਹ ਟਰਾਲੇ 1-1 ਟਾਇਰੇ ਉਹ ਦਿਖਾਏ ਗਏ ਨੇ। ਸੋ ਬਹੁਤ ਸੋਹਣਾ ਇਹ ਗਾਣਾ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਜ਼ਰੂਰ ਦੇਖੋ। ਸਤਨਾਮ ਜੀ, ਇਸ ਦੇ ਵਿੱਚ ਜਿਵੇਂ ਤੁਸੀਂ ਟਰੱਕ ਵਾਲਿਆਂ ਦੀ ਗੱਲ ਕੀਤੀ, ਤਾਂ ਉਸਦੇ ਵਿੱਚ ਕੀ ਵੱਖਰਾ ਰਹੇਗਾ, ਕਿਉਂਕਿ ਪਹਿਲਾਂ ਬੜੇ ਗਾਣੇ ਸੁਣਦੇ ਟਰੱਕਾਂ ਦੇ ਉੱਤੇ ਚੱਲਦੇ ਨੇ ਵੱਜਦੇ ਨੇ, ਫਿਰ ਖਾਸ ਤੌਰ 'ਤੇ ਟਰੱਕਾਂ 'ਤੇ ਵੱਜੇਗਾ ਜਾਂ ਫਿਰ ਖੇਤਾਂ 'ਚ? ਹਾਂਜੀ ਹਾਂਜੀ, ਦੇਖੋ ਇਹ ਸਾਰੇ ਕਿਤੇ ਟਰੱਕਾਂ ਵਾਲੇ ਜਿੰਨੇ ਵੀ ਨੇ ਡਰਾਈਵਰ ਵੀਰਾਂ ਦੇ ਲਈ ਗਾਣਾ, ਔਰ ਉਹਨਾਂ ਦੀ ਵਾਈਫ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਸਵਾਲ ਜਵਾਬ ਕਰਦੇ ਨੇ, ਸੋ ਇਸ ਤਰ੍ਹਾਂ ਦਾ ਇਹ ਨੋਕ ਝੋਕ ਵਾਲਾ ਬਹੁਤ ਖੂਬਸੂਰਤ ਗੀਤ ਹੈ, ਦੁਗਾਣਾ ਗੀਤ ਹੈ, ਉਮੀਦ ਹੈ ਪੰਜਾਬੀ ਇਸ ਨੂੰ ਮਾਣ ਬਖਸ਼ਣਗੇ। ਜੀ ਬਹੁਤ ਸ਼ੁਕਰੀਆ, ਸਤਨਾਮ ਪੰਜਾਬੀ ਸਾਡੇ ਨਾਲ ਸੀ, ਤਾਂ ਇਹਨਾਂ ਨੇ ਗਾਣੇ ਬਾਰੇ ਦੱਸਿਆ, ਤਾਂ ਅਸੀਂ ਵੀ ਪੰਮੀ ਬਾਈ ਜੀ ਨਾਲ ਗੱਲ ਕਰਾਂਗੇ, ਤੁਹਾਨੂੰ ਸਮਝਾਂਗੇ ਕਿਵੇਂ ਦਾ ਗਾਣਾ ਕਿਵੇਂ ਤਿਆਰ ਕੀਤਾ, ਤਾਂ ਕਿੰਨਾ ਸਮਾਂ ਲੱਗ ਗਿਆ ਸੀ। ਬਹੁਤ ਸ਼ੁਕਰੀਆ ਸਤਨਾਮ ਜੀ। ਥੈਂਕ ਯੂ ਸਰ, ਥੈਂਕ ਯੂ।